ਏਜੰਸੀਆਂ ਵੱਲੋਂ ਕਣਕ ਦੀ ਚੁਕਾਈ ਸੁਸਤ ਰਫਤਾਰ ਨਾਲ ਰੱਖਣ ਕਾਰਨ ਆੜ੍ਹਤੀਆਂ ਨੂੰ ਖਾਸੀ ਦਿੱਕਤਾਂ ਸਾਹਮਣੇ ਆ ਰਹੀਆਂ ਨੇ। ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੀ ਅਨਾਜ ਮੰਡੀ ਦੀਆਂ, ਜਿੱਥੇ ਲਿਫਟਿੰਗ ਨਾ ਮਾਤਰ ਹੋ ਰਹੀ ਹੈ। ਇਸ ਕਾਰਨ ਮੰਡੀ ਵਿੱਚ ਕਣਕ ਦੀ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ। ਉਧਰ ਮੌਸਮ ਵਿੱਚ ਖਰਾਬੀ ਦੇ ਆਸਾਰ ਬਰਕਰਾਰ ਰਹਿਣ ਨਾਲ ਮੰਡੀਆਂ ਵਿੱਚ ਕਣਕ ਨੂੰ ਸੁਰੱਖਿਅਤ ਰੱਖਣਾ ਵੀ ਵੱਡੀ ਚੁਣੌਤੀ ਬਣ ਸਕਦਾ ਹੈ। ਉਧਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦਾ ਕਹਿਣਾ ਸੀ ਕਿ ਕਣਕ ਦੀ ਇੱਕੋ ਦਮ ਆਮਦ ਕਾਰਨ ਅਜਿਹੇ ਹਾਲਾਤ ਬਣੇ ਨੇ, ਜਿਨ੍ਹਾਂ ਤੋਂ ਜਲਦੀ ਨਿਜਾਤ ਪਾ ਲਈ ਜਾਏਗੀ। ਸੰਗਰੂਰ ਮੰਡੀ ਦੇ ਵਿੱਚ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਬਹੁਤ ਬੁਰਾ ਹਾਲ ਹੈ। ਤਕਰੀਬਨ 2.25 ਲੱਖ ਬੈਗ ਹਲੇ ਵੀ ਬਕਾਇਆ ਹੈਗਾ। ਸਰਕਾਰ ਜਿਹੜੀ ਝੂਠੇ ਦਾਅਵੇ ਕਰ ਰਹੀ ਹੈ ਕਿ ਸਰਕਾਰ ਦੀ ਲਿਫਟਿੰਗ ਡੇ ਬਾਏ ਡੇ ਰੋਜ਼ ਹੋ ਰਹੀ ਹੈ, ਉਹ ਸਭ ਝੂਠੇ ਹੈ। ਜ਼ਿਮੀਂਦਾਰ ਆਪਦੇ ਘਰਾਂ ਨੂੰ ਤੋਲ ਕੇ ਜਾ ਚੁੱਕੇ ਨੇ। ਸਾਨੂੰ ਆੜ੍ਹਤੀਆਂ ਨੂੰ ਬੜੀ ਜ਼ਿਆਦਾ ਦਿੱਕਤ ਆ ਰਹੀ ਹੈ। ਇਸ ਟਾਈਮ ਸਮਝ ਲਓ ਸੰਗਰੂਰ ਮੰਡੀ 14-15 ਤਰੀਕ ਤੋਂ ਲੈ ਕੇ ਹੁਣ ਤੱਕ ਦਾ ਮਾਲ ਬਕਾਇਆ ਪਿਆ ਹੈ। ਦੇਖੋ ਜੀ, ਸਾਨੂੰ ਬੜੀ ਸਮੱਸਿਆ ਹੈ। 1 ਲੱਖ ਬੋਰੀ ਦੇ ਕਰੀਬ ਪਣ ਗਰਿੰਦੀ ਪਈ ਹੈ, ਅਤੇ 32,000 ਦੇ ਕਰੀਬ ਮਾਰਫੈਟ ਦੀ ਹੈ ਬੋਰੀ, ਅਤੇ 35,000 ਦੇ ਕਰੀਬ ਵੇਅਰਹਾਊਸ ਦੀ ਬੋਰੀ ਹੈ। 12 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜੀ ਸਾਡੇ ਕੋਲ ਲਿਫਟ ਹੀ ਨਹੀਂ ਹੋਈ, ਬਹੁਤ ਸਾਨੂੰ ਸਮੱਸਿਆ ਆ ਰਹੀ ਹੈ।